हेलो जी, सत श्री अकाल, सलाम आदाब नमस्कार जी सारिआं नूं। पिंड पंजाब चैनल दा तुहाडा स्वागत है। मॉर्निंग दा टाइम है जी, ते बच्चे ने स्कूल जाणा, इहनां दे लई मैं बना रही हां मैगी। इहदे विच मैं पाया गा तेल, जीरा, शिमला मिर्च ते प्याज। पहला सलाद नहीं सी, कोई देर कदे तो मस्सी मैगी खा के जावांगे। ते सारे कम अजे मेरे करन वाले पए ने। टाइम है जिहड़ा 7 बजे वाली होई जाणा, 6:30 हो गई। कोई भी कम मेरा मतलब संभरिया ना, गोहा चक्या, क्योंकि जी लाइट भी है नहीं सी। लाइट जो है सारा जो ट्रांसफार्मर उस खराब हो गई। हम मास्टर जी देख के आए थे, हैं दस दिन से उतर लिखा है साइड, क्या रात दो दिन पटाके पै गए, ऐसा पता नहीं। दो तीन दिन लाइट ही ना आए, ट्रांसफार्मर कोई प्रॉब्लम पैगी नहीं, बहुत ज़्यादा औखा हो जाएगा। एक बैठे फिर तर जाएंगे, भाई लाइट के कट तो बहुत ज़्यादा लगते हैं। भगवंत मान जी प्लीज़ लाइट साढ़े तो, लाइट तो बिना की करांगे। है तो जीरी भी नहीं लगन लगी, जो जीरी लगन लग गई फिर तो बुरा हाल ही ना कर दे। 2000 तो पहला पंजाब ज्यादा होने लग गया, इन बिजली के कट लगते हैं। बेचारे सारे वर्कर बैठे होई जाते हैं, मैडम जी लाइट नहीं आता, क्या करें, बिजली नहीं आता, काम नहीं होता, लाइट के कट बहुत ज्यादा लगते। तीन पैकेट नहीं मैगी के, पानी पा के टैंकी एक दर खानी हो गई, इधरली भी हो सकती है। मैं तो सोच लगी पे मैं कम करूंगी कि धुप्प इतना जमी नहीं करती, करता कर मनवीर तू मार दें झाड़ू झूड़ू, क्योंकि जी वेड़े के कम कवेड़े दिन टक्कर जोड़ा कम टाइम पर हो जाए वो वर्गी रीत नहीं होगी। कवेड़े कम करना तो बहुत ज्यादा औखा है। बच्चों में मैगी मूंगी का जितनी मर्जी दे दे, और मैं सब कुछ ना खा तो मैगी मूंगी के ना फुल वधिया लगदे।
ਮਾਂ ਕਿਤੇ ਭੈਣ ਦਾ ਫੋਨ ਆ ਕੀ ਨਾ।
वो किधर जा रही है आपकी किधर नाम लेना जी ਉਹ ਜਸੂ ਇਤਨੀ ਟਿਊਸ਼ਨ ਵੀ ਰੋਣ ਲੱਗ ਕੇ ਨਾ ਜਾਂਦਾ ਉਹ ਇਤਨੀ ਸਾਇਆ ਲੱਗਾ ਹੁੰਦਾ ਸੂਣ ਮਿਲ ਗਿਆ ਬਦਣੇ ਪਿਆ ਹੋਗਾ ਫਿਰ ਅਸਲ ਜੀ ਕਹਿੰਦੀ ਮੈਂ ਕਿਹਾ ਸੜਕ ਤੇ ਹੀ ਹੋਣਗੇ ਉਹ ਡਰ ਗਈ ਕਹਿੰਦੀ ਕਾਲੀ ਤੂੰ ਮੈਂ ਗੁਨਾਹ ਕਿ ਮੈਂ ਕੰਮ ਗਿਆ ਮੈਂ ਫੇਰ ਆਉਂਗਾ ਕਣਕ ਕਿਉਂ ਕੱਟੀ ਹੈ ਕਣਕ ਕੱਟਣ ਦਾ ਕੀਰ ਦਾ ਕੀ ਕਾਰਨ ਹੈ ਕਣਕ ਜਿਹੜੀ 8 ਮਾਰਚ ਤੋਂ 7 ਤੋਂ 25 ਮਾਰਚ ਤੱਕ ਗਰਮੀ ਪੈ ਗਈ ਉਹਨੂੰ ਕਿਹਾ ਪਿਛਲੇ ਸਾਲ ਵੀ ਕੱਟੀਆਂ ਨੇ ਕਣਕਾਂ ਪਿਛਲੇ ਸਾਲ ਵੀ ਗਰਮੀ ਗੱਤੀ ਪਈ ਪਿਛਲੇ ਸਾਲ ਦਾ 55 ਮਣੀ ਦੀ ਹੋਊਗੀ ਐਤਕੀ ਵੱਧ ਜਾਣ ਕਰਕੇ ਜੋ ਕਰੋਨਾ ਦੀ ਕਰੋਨਾ ਵਾਲੇ ਪੱਖਾ ਵੀ ਲਾਇਆ ਤੇ ਉਹਦਾ ਰੇਟ ਚੋਟ ਮਣੀ ਦੇ ਉਹ ਤਾਂ ਬਹੁਤ ਜ਼ਿਆਦਾ ਹਾਂ ਉਹਦਾ ਤੇਰ ਵਧੀਆ ਸੀ ਕਹਿੰਦੇ ਹੁਣ ਸੇਵ ਕਰਕੇ ਮਹਿੰਗੀ ਹੋ ਸਾਡੀ ਕੋਈ ਕੁੜੀ ਪਈ ਹੈ ਵਿੱਚ ਸੈਲਰ ਦੇ ਕੋਈ ਸੈਲਰ ਸਟੈਂਡ ਦੇ ਉੱਤੇ ਭਰਦਾ ਸੀ ਕਿਉਂਕਿ ਉਹਨਾਂ ਨੇ ਇਕੱਠੇ ਨੇ ਹੁਣ ਦੀ ਮੰਡੀ ਚ ਲੋਕਾਂ ਨੂੰ ਤੇ ਉਹ ਬਹੁਤ ਨਿਕਲੀ ਸੀ ਤੂੜੀ ਦਾ ਕੀ ਰੇਟ ਆ ਹੁਣ ਆਪਣੇ ਉੱਥੇ ਤੂੜੀ 700 ਕੁਇੰਟਲ ਇਸ ਟਾਈਮ ਅੱਜ ਦਾ ਰੇਟ ਆ ਜਿਹੜਾ ਮੂਰੇ ਜਾਣਾ ਸ਼ੁਗਰ ਤੇ ਜਬਲ ਕੀ ਬਣੂਗਾ ਪਤਾ ਹੁਣ ਤਰਸੇ ਤੂੰ ਦੇਖਦਾ ਜਾਈ ਜ਼ਿਮੀਦਾਰ ਨਾ ਕਰੋ ਮੈਂ ਸਖ ਲਾ ਦੇਣਗੇ ਕਦ ਰੱਖੇ ਰੱਖੇ ਨੇ ਆਪਾਂ 1,15,000 ਚ ਤੇ ਉਹ ਕਾਰਨ ਕੀ ਸੀ ਹੁਣ ਬਈ ਗਊਸ਼ਾਲਾ ਚ ਤੂੜੀ ਨਹੀਂ ਗਈ ਕੋਈ ਘੱਟ ਜਿਹਾ ਪਰ ਆ ਗਿਆ ਤੇ ਉੱਥੇ ਬੁਰਾ ਹਾਲ ਆ ਗਊਸ਼ਾਲਾ ਚ ਤੇ ਉਹ ਗਊਸ਼ਾਲਾ ਨੇ ਗਾਇਆਂ ਛੱਡਣਗੇ ਉਹ ਕੀ ਕਰਨੀ ਉਹਦੇ ਕੀ ਕਰੇ ਬਾਲਾ ਉਹ ਤਾਂ ਹੀ ਤਾਂ ਘਰੇ ਗਾਈ ਰੱਖਣ ਨੂੰ ਜੀ ਨਹੀਂ ਕਰਦਾ ਪਹਿਲਾਂ ਮੇਰੀ ਸਲਾਹ ਤੇ ਮੈਂ ਸਾਹੀ ਵਾਲ ਗਾਂ ਲੈਨੇ ਵਾਂ ਫਿਰ ਜਦੋਂ ਇਹ ਤਾਂ ਪੰਜਾ ਹੋਏ ਮੇਰੇ ਕੋਲ ਹੁਣ ਦੋ ਸੋਹਣੀਆਂ ਨੇ ਬੀਬੀ ਦੱਸ ਦੇ ਉਹਨਾਂ ਨੂੰ ਨਾ ਮੈਂ ਤਾਂ ਕਦੇ ਫੋਨ ਹੀ ਨਹੀਂ ਕਰੇ ਗੱਲ ਹੀ ਨਹੀਂ ਹੁੰਦੀ ਇਹ ਤਾਂ ਬਾਲੀ ਦੀ ਆਵਾਜ਼ ਆ ਜੀ ਮੈਂ ਲੜਦੀ ਆ ਬੀਬੀ ਕਹਿੰਦੇ ਫੋਨ ਨਹੀਂ ਕਰਦੀ ਮੈਂ ਕੋਈ ਟਾਈਮ ਆ ਕੈਮਰੇ ਦੀ ਹਾਲਤ ਦੇਖ ਸਾਡੇ ਕੱਪੜੇ ਇਹ ਬਾਈ ਕਹਿੰਦੇ ਮਿਲ ਨਹੀਂ ਹੋਣੇ ਇਹਨਾਂ ਸਾਨੂੰ ਤਾਂ ਉਹ ਨਹੀਂ ਕਰਦੇਗੇ ਫੋਨ ਵੀ ਨਹੀਂ ਕਰਦੇ ਤੁਸੀਂ ਉਹ ਕੈਮਰੇ ਦੇਖੋ ਰੋਜ਼ ਅੱਜ ਨੇ ਇਧਰ ਕੰਮ ਆਏ ਸੀ ਕੋਈ ਤਾਂ ਖੜ ਕੇ ਮੈਂ ਨਹੀਂ ਗੁੱਸੇ ਤੋਂ ਮੈਂ ਕਰਦੇ ਆਵਾਂਗੇ ਸੀ ਸਭੀ ਦੇਖਦੇ ਮੈਂ ਕਹਿੰਦਾ ਤੁਹਾਨੂੰ ਡੀਜ਼ਲ ਮੈਂ ਤੁਸੀਂ ਆਜੋ ਫਿਰ ਮੈਂ ਕਿਸ ਫੈਸਲੇ ਏਸੀ ਲਵਾਇਆ ਕਹਿੰਦੇ ਪਹਿਲਾਂ ਏਸੀ ਦਾ ਬੰਦ ਲਾਉਣ ਦੀ ਹੈ ਭੈਣ ਕਹਿੰਦੀ ਵੀ ਮੈਂ ਤਾਂ ਨਹੀਂ ਹੋਣੀ ਏਸੀ ਨਹੀਂ ਹੈਗਾ ਤੁਹਾਡੇ ਜਵਾਕ ਨਹੀਂ ਪਹਿਲਾਂ ਮੈਂ ਹੁਣ ਪਹਿਲਾਂ ਤਾਂ ਮੇਰੇ ਰੂਮ 'ਚ ਲੱਗਿਆ ਤੇ ਹੁਣ ਫੈਸਲੇ ਮਾਲੇ 'ਚ ਲਵਾਇਆ ਲੱਗ ਗਿਆ ਕਿਹੜਾ ਲਵਾ ਲੈ ਲਓ ਜੀ ਕੰਮ ਤਾਂ ਸਾਰਾ ਨਿਬੜ ਗਿਆ ਅੰਦਰ ਆ ਕੇ ਬੈਠ ਗਿਆ ਹਏ ਬਸ ਕੰਮ ਕਿਹੜੇ ਕਰੇ ਨੇ ਰੋ ਪਿੱਟ ਕੀ ਕਰੇ ਨੇ ਕਿਉਂਕਿ ਜੀ ਟਰਾਂਸਫਾਰਮ ਆਪਣਾ ਉਹ ਹੋ ਗਿਆ ਕੀ ਹੋ ਗਿਆ ਮੱਚ ਗਿਆ ਸੜ ਗਿਆ ਸੜ ਗਿਆ ਜਾਂ ਮੱਚ ਗਿਆ ਪਟਾਕੇ ਪੈ ਗਏ ਉਹਦੇ ਉਹਦਾ ਇੱਕ ਫੇਸ ਹੀ ਚੱਲਦਾ ਤਿੰਨ ਫੇਸ ਵਾਲਾ ਆਪਣਾ ਹੈ ਨਾ ਇਹ ਤਿੰਨ ਫੇਸ ਵਾਲਾ ਸਾਡੇ ਸਾਡੇ ਘਰਾਂ ਦਾ ਟਰਾਂਸਫਾਰਮ ਹੈ ਇਹ ਅਤੇ ਇਹਦੇ ਉੱਪਰ ਏ ਸੀ ਹੋ ਗਏ ਕਈ ਤਾਂ ਜਦੋਂ ਉਹ ਇੱਕਦਮ ਲਾਈਟ ਗਈ ਰਾਤ ਇੱਕਦਮ ਏ ਸੀਆਂ ਨੇ ਕਰੰਟ ਹੋਇਆ ਪਤਾ ਨਹੀਂ ਉਹ ਕਿਵੇਂ ਸੜ ਗਿਆ ਹੁਣ ਇਹਦਾ ਇੱਕ ਫੇਸ ਚੱਲਦਾ ਇਹ ਮਾਸਟਰ ਜੀ ਮਿਹਨਤ ਮੁਹਨਤ ਕਰਕੇ ਚਲਾਇਆ ਇਹ ਕੰਪਲੇਂਟ ਉਹਨਾਂ ਨੂੰ ਪਾਈ ਹੋਈ ਉਹ ਆਏ ਵੀ ਸੀ ਕਹਿੰਦੇ ਦੇਖ ਦਿਆਂਗੇ ਅਤੇ ਬਸ ਪਾਣੀ ਦੀਆਂ ਟੈਂਕੀਆਂ ਭਰੀਆਂ ਨੇ ਹੁਣ ਬੈਠੇ ਆ ਪਤਾ ਨਹੀਂ ਉਹ ਕਿੰਨਾ ਕੁ ਟਾਈਮ ਚੱਲੂਗਾ ਕਿ ਫਿਰ ਬਸ ਥੱਲੇ ਲਾ ਦਾਂਗੇ ਉਹਨੂੰ ਫਿਰ ਨਵਾਂ ਦੇਖਦੇ ਹਾਂ ਕੀ ਬਣਦਾ ਵੱਡਾ ਲਾ ਧਰਾਵਾਂਗੇ ਹੁਣ ਆਪਾਂ ਹੁਣ ਐਂ ਸਲਾਹ ਤਾਂ ਕਰ ਦਿੰਦੇ ਹਾਂ ਵੱਡਾ ਧਰਾਵਾਂਗੇ ਪਹਿਲਾਂ ਅਸੀਂ ਘਰ ਹੈਗੇ ਸੀ ਸਾਰੇ ਚਾਰ ਹਨ ਆਪਣੇ ਆਪਦੇ ਘਰ ਸੀਗਾ ਸਾਡੇ ਪਾਪਾ ਨੇ ਧਰਾਇਆ ਸੀ ਖਰਚਾ ਖੁਰਚਾ ਪਾ ਕੇ ਉਸ ਤੋਂ ਬਾਅਦ ਜੀ ਇੱਧਰ ਸਾਡੇ ਇੱਕ ਠੇਕਾ ਗਾ ਉਹ ਤਾਰ ਲੈ ਗਏ ਇੱਕ ਪਰਾਂ ਘਰ ਖੇਤਾਂ 'ਚ ਆ ਉਹ ਤਾਰ ਲੈ ਗਏ ਬਾਕੀ ਸਾਰੇ ਘਰ ਸੀ ਜਿਹੜੇ ਉਹ ਦੋ ਦੋ ਹੋ ਗਏ ਜਿਵੇਂ ਸਾਡੀ ਪਹਿਲਾਂ ਫੈਮਿਲੀ ਇੱਕ ਸੀ ਅੱਡ ਹੋ ਕੇ ਦੋ ਹੋ ਗਏ ਦੋ ਘਰਾਂ ਦਾ ਲੋਡ ਇਹ ਹੋ ਗਿਆ ਇੱਧਰ ਰਾਜਵਿੰਦਰ ਕੀ ਫੈਮਿਲੀ ਇਹ ਅੱਡ ਹੋ ਗਏ ਦੋ ਘਰ ਇੰਨਾ ਇਹ ਹੋ ਗਏ ਦੋ ਇੱਕ ਘਰ ਹੋਰ ਵੱਧ ਗਿਆ ਐਂ ਕਰਦੇ ਕਰਦੇ ਹੁਣ ਅਸੀਂ ਕਿੰਨੇ ਘਰ ਹੋ ਗਏ 2, 4, 6, 7, 8 ਘਰਾਂ ਨੂੰ ਜਾਂਦੀ ਆ 3 ਫੇਸ ਵਾਲੇ ਉਹ ਤੋਂ ਟਰਾਂਸਫਾਰਮ ਤੋਂ ਲਾਈਟ ਅਤੇ 9ਵੀਂ ਐਂ ਪਤਾ ਨਹੀਂ ਇੱਕ ਮੋਟਰ ਵਾਲਾ ਕਰ ਲਿਆ ਜੇ ਵਿੱਚੋਂ ਇੱਧਰ ਮੋਟਰ ਆ ਸਾਡੇ ਸਾਹਮਣੇ ਐਂ ਪਤਾ ਨਹੀਂ ਵੀ ਉਹ ਵੀ ਨਾਲ ਤਾਰ ਪਵਾ ਕੇ ਲੈ ਜਾਣ ਇਸ ਕਰਕੇ ਹੁਣ ਇਹਨੂੰ ਵੱਡਾ ਧਰਾਉਣਾ ਪਊਗਾ ਇਹ 3 ਫੇਸ ਨਾਲ ਆਪਾਂ ਨਹੀਂ ਸਰਦਾ ਕਿਉਂਕਿ ਲੋਡ ਜ਼ਿਆਦਾ ਹੋ ਗਿਆ ਬਾਕੀ ਦੇਖਦੇ ਹਾਂ ਇੱਕ ਭਾਈ ਬਹੁਤ ਜ਼ਿਆਦਾ ਬੁਰਾ ਹਾਲ ਹੈ ਲਾਈਟ ਦੇ ਕੱਟ ਇੰਨੇ ਲੱਗਦੇ ਨੇ ਜਦੋਂ ਜੀਰੀ ਲਾਵਾਂਗੇ ਉਦੋਂ ਕੀ ਹਾਲ ਬਣੂਗਾ ਮੈਨੂੰ ਤਾਂ ਨਾ ਸੋਚ ਕੇ ਸੋਚ ਲੱਗਦੀ ਹੈ ਸੋਚ ਸੋਚ ਕੇ ਵੀ ਜੇ ਨਾ ਬਿਜਲੀ ਪੂਰੀ ਹੋ ਕੀ ਬਣੂਗਾ ਚਲੋ ਜੀ ਜੋ ਵੀ ਹੋਗਾ ਮਨਜ਼ੂਰੇ ਖੁਦਾ ਹੋ ਗਿਆ ਆਪਾਂ ਵਲੌਗ ਦਾ ਐਂਡ ਇੱਥੇ ਕਰ ਦਿਆਂਗੇ ਫਿਰ ਕੱਲ੍ਹ ਨੂੰ ਆਪਾਂ ਨਵੇਂ ਵਲੌਗ ਨਾਲ ਮਿਲਦੇ ਹਾਂ ਅਤੇ ਫਿਲਹਾਲ ਆਪਾਂ ਅੱਜ ਦੇ ਵਲੌਗ ਦਾ ਐਂਡ ਇੱਥੇ ਕਰਦੇ ਹਾਂ ਟਰਾਂਸਫਾਰਮ ਵਾਲਾ ਸਾਰਾ ਕੁਛ ਹੋ ਜਾਵੇ ਫਿਰ ਮੈਸ ਪਾ ਦਿਓ ਜਾਂਗਾ ਜਿਹੜਾ ਕੋਈ ਮੇਰਾ ਵੀਰ ਭੈਣ ਭਾਈ ਦੇਖਦਾ ਹੈਗਾ ਤਰਸੇਮ ਕਹਿੰਦਾ ਮੈਂ ਔਖਾ ਅਸੀਂ ਬਿਜਲੀ ਬਣੀ ਔਖੇ ਹੋਏ ਮੈਨੂੰ ਲੱਗਦਾ ਕੋਈ ਇਹ ਧਰਤੀ ਦਾ ਸੌਖਾ ਹੀ ਨਹੀਂ ਹੈਗਾ ਸਾਰੀ ਦੁਨੀਆ ਔਖੀ ਹੋ ਪਈ ਹੈ ਹੁਣ ਵਿਚਾਰੀ ਰਾਜਵਿੰਦਰ ਨੂੰ ਐਂ ਇਕੱਲਾ ਸਾਡਾ ਘਰ ਚੱਲੀ ਜਾਂਦਾ ਉਹ ਕਹਿੰਦੇ ਕੋਈ ਨਾ ਸੋ ਖੜਨਾ ਹੈ ਉਹ ਮੱਛਰ ਨਾਲ ਸੌ ਕੁਛ ਸੁਣਾ ਕੇ ਵਾਗੀ ਇਹਨਾਂ ਦੀ ਜੇਠ ਭਰਜਾਈ ਦੀ ਆਪਸ ਦੇ ਵਿੱਚ ਉਹ ਹੋ ਗਈ ਹੈਬੜ ਗਏ ਇਹ ਚਲੋ ਦੇਖਦੇ ਹਾਂ ਜੀ ਬਸ ਮਾਸਟਰ ਜੀ ਕਹਿੰਦੇ ਨੇ ਕਹਿੰਦੇ ਉਹਨਾਂ ਨੇ ਮੇਰਾ ਕਿਹਾ ਹੋਇਆ ਹੁਣ ਇਹ ਪੇਪਰ 'ਚ ਜਾਣਗੇ ਪੇਪਰ 'ਚ ਡਿਊਟੀ ਹੈ ਇਹਨਾਂ ਦੀ ਅਤੇ ਉਸ ਤੋਂ ਬਾਅਦ ਆ ਕੇ ਫਿਰ ਕਰਵਾਉਂਦੇ ਹਾਂ ਕਿਸੇ ਨੂੰ ਫੋਨ ਕਰਦੇ ਹਾਂ ਅਤੇ ਇੱਕ ਗੱਲ ਆ ਅੱਜ ਕੱਲ੍ਹ ਐਵੇਂ ਜੀ ਸਿਫਾਰਸੀ ਬੰਦੇ ਦਾ ਕੰਮ ਜਲਦੀ ਹੋ ਜਾਂਦਾ ਵਿਚਾਰਿਆਂ ਦੀ ਇਹਨਾਂ ਦੀ ਸਿਫਾਰਸ਼ ਨਹੀਂ ਚੱਲਦੀ ਸਾਡੇ ਵਰਗੇ ਗਰੀਬਾਂ ਦੀ ਉਹਨਾਂ ਦੀ ਕੋਈ ਸੁਣਦਾ ਨਹੀਂ ਹੈਗਾ ਜਿਹੜਾ ਬੰਦਾ ਹੈ ਨਾ ਕਹਿ ਸੁਣ ਕੇ ਆਪਦਾ ਕੰਮ ਕਰਵਾ ਲੈਂਦਾ ਉਹਨਾਂ ਦਾ ਕੰਮ ਹੈ ਜਿਹੜਾ ਜਲਦੀ ਬਣ ਜਾਂਦਾ ਅਸੀਂ ਰਾਤ 10 ਵਜੇ ਦੀ ਲਾਈਟ ਗਈ ਹੋਈ ਹੈ ਸਾਰੀ ਰਾਤ ਅਸੀਂ ਇੱਕ ਪੱਖਾ ਬਸ ਇਨਵੇਟਰ 'ਤੇ ਚੱਲੀ ਗਿਆ ਵਿਚਾਰੇ ਬੱਚਿਆਂ ਨੂੰ ਪਸੀਨਾ ਆਵੇ ਕਦੇ ਕਿਵੇਂ ਵਿੰਗੇ ਟੇਢੇ ਹੋ ਕੇ ਰਾਤ ਕੱਟੀ ਸਵੇਰ ਨੂੰ ਉੱਠ ਕੇ ਜਦੋਂ ਦੇਖਿਆ ਮੈਂ ਵੀ
ਮੈਂ ਫਿਰ ਜੋ ਮੈਨੂੰ ਲੱਗਿਆ ਵੀ ਇੱਧਰ ਬਖਸ਼ੀ ਵਾਲ ਬੰਦੀ ਹੈ ਨਾ ਸਾਡੇ ਨੇੜੇ ਜਿਹੜੇ ਪਿੰਡਾਂ ਦੇ ਪਿੰਡ 'ਚ ਵੀ ਲਾਈਟਾਂ ਹੈਗੀਆਂ ਨੇ ਫਿਰ ਪਤਾ ਲੱਗਿਆ ਵੀ ਟਰਾਂਸਫਾਰਮ ਤੋਂ ਕੰਮ ਖਰਾਬ ਗਿਆ ਪਹਿਲਾਂ ਸਾਨੂੰ ਇਸ ਤਰ੍ਹਾਂ ਸੀ ਵੀ ਲਾਈਟ ਉਂਝ ਵੀ ਕੱਟੀ ਹੋਈ ਹੈ ਸਾਰੇ ਕਿਤੇ ਨਹੀਂ ਹੈਗੀ ਸਵੇਰ ਨੂੰ ਪਤਾ ਲੱਗਿਆ ਵੀ ਸਾਡਾ ਟਰਾਂਸਫਾਰਮ ਫੇਲ ਹੋ ਗਿਆ ਚਲੋ ਜੀ ਆਪਾਂ ਇਹਦੇ ਵਲੌਗ ਦਾ ਐਂਡ ਇੱਥੇ ਕਰਦੇ ਹਾਂ ਅਤੇ ਕੱਲ੍ਹ ਨੂੰ ਨਵੇਂ ਵਲੌਗ ਨਾਲ ਮਿਲਦੇ ਹਾਂ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਬਾਏ